ਦੇ ਮਾਲਕਾਂ ਦਾ ਵੇਟ ਕਰ ਰਹੇ ਆ ਪਾਏ ਨੇ ਮਾਲਕ ਜੀ ਕੌਣ ਹਾਂਜੀ ਤੁਸੀਂ ਮਾਲਕ ਹੋ ਵੈਸੇ ਤੇ ਅੱਲਾ ਮਾਲਕ ਹੈ ਲੇਕਿਨ ਫਿਲਹਾਲ ਮੈਂ ਅੱਲਾ ਨੇ ਬਾਅਦ ਛੋਟਾ ਜਿਹਾ ਕਾਰੋਬਾਰ ਨਵਾਦਿਆ ਜੀ ਅੱਲਾ ਦੀ ਕੁਦਰਤ ਤੇ ਬੜਾ ਹੀ ਮਾਨ ਨਾਲ ਪਿਆਰ ਆ ਰਿਹਾ ਸਰ ਉਹਦੀ ਰਹਿਮਤ ਕੁਛ ਨਹੀਂ ਜਦੋਂ ਨਵਾਜ਼ਦਾ ਨਾ ਬੇਸ਼ੱਕ ਬੇਸ਼ੱਕ ਉਹ ਨਹੀਂ ਵੇਖਦਾ ਹਾਂਜੀ ਕੀ ਸ਼ਕਲ ਹੈ ਜੀ ਕੀ ਹੋ ਗਿਆ ਕੀ ਰੰਗ ਹੈ ਬਸ ਇਹ ਉਹਦੀਆਂ ਰਹਿਮਤਾਂ ਕਾਸ਼ ਗੱਲ ਮੈਂ ਵੀ ਕਹਿ ਸਕਦਾ ਪਰ ਮੈਂ ਤਾਂ ਬਹੁਤ ਕਹਿੰਦਾ ਅੱਛਾ ਗਾ ਛੱਡੋ ਇਸ ਗੱਲ ਨੂੰ ਕੀ ਲੈਣਾ ਕੀ ਤੁਸੀਂ ਸਾਹ ਲੈਣਾ ਨਹੀਂ ਨਹੀਂ ਪਹਿਲੀ ਤਾਂ ਗੱਲ ਹੈ ਮੇਰੀ ਗੱਡੀ ਟੈਰ ਚੱਟਦੀ ਬਹੁਤ ਹੈ ਹੈਂ ਬਹੁਤ ਟੈਰ ਚੱਟਦੀ ਟੈਰ ਚੱਟਦੀ ਹਾਂਜੀ ਤੁਹਾਡੀ ਫਿਰ ਗੱਡੀ ਦੇ ਪੇਟ 'ਚ ਕੀੜੇ ਵੀ ਹੋਣਗੇ ਮਲਾਪ ਹੋਣਗੇ ਨਹੀਂ ਨਹੀਂ ਕਿਉਂਕਿ ਮਿੱਟੀ ਖਾਂਦੀ ਨਹੀਂ ਚੱਟਦੀ ਲੇਕਿਨ ਰਾਤ ਨੂੰ 12 ਵਜੇ ਤੋਂ ਬਾਅਦ ਟੈਰ ਨਾ ਪੈਂਚਰ ਹੋਵੇ ਮੈਨੂੰ ਉਹ ਟੈਰ ਦੇ ਕਿਹੜਾ ਜਿਹੜਾ ਰਾਤ ਨੂੰ 12-1 ਵਜੇ ਤੋਂ ਬਾਅਦ ਨਾ ਪੈਂਚਰ ਹੋਵੇ 10-11 ਵਜੇ ਹੋ ਜਾਏ 9 ਵਜੇ ਹੋ ਜਾਏ ਉਹ ਦੇ ਦੇ ਉਹਦੀ ਖੈਰ 12 ਵਜੇ ਤੋਂ ਬਾਅਦ ਨਾ ਹੋਵੇ ਹਾਂ ਮੈਂ ਕਿਹਾ ਖਰੇ ਪਲਾਸਟਿਕ ਦਾ ਉਹ ਲੱਗਾ ਇੰਜ ਮੈਨੂੰ ਹਾਂ ਡੈਕੋਰੇਸ਼ਨ ਭਾਈ ਲੋਟਾ ਹੈ ਪਲਾਸਟਿਕ ਦਾ ਕੀ ਮਤਲਬ ਰੇਮੇ ਇਹ 60,000 ਰੁਪਏ ਦਾ ਪੈਣ ਨਾ ਇਹ ਤੁਹਾਨੂੰ ਸੈੱਟ ਮਿਲ ਜਾਵੇ ਮੈਨੂੰ ਇੱਕ ਚਾਹੀਦਾ ਜੀ ਹੈਂ ਇੱਕ ਚਾਹੀਦਾ ਇੱਕ ਉਹਨਾਂ ਟਾਇਰ ਜਾਂ ਹਾਂਜੀ 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 ਕੜਾ ਕਰ ਗਿਆ ਵਿੱਚ ਤੂੰ ਪਾਈ ਨੇ ਕਿਤੇ ਹੁੰਦਾ ਹੀ ਨਹੀਂ ਸੇਲੇਬਲ ਗੱਲ ਹੀ ਸਮਝੇ ਇੱਕ ਨਹੀਂ ਦੇਈਦਾ ਇਹ ਪੂਰਾ ਸੈੱਟ ਹੀ ਹੁੰਦਾ ਇੱਕ ਦੇ ਦਿਓ ਨਾ ਤੁਸੀਂ ਬਕਾਇਆ ਇੱਕ ਇੱਕ ਕਰਕੇ ਵੇਚ ਲਓ ਹੈ ਨੁਕਸਾਨ ਹੋਏਗਾ ਇਹ ਨਹੀਂ ਮੈਨੂੰ ਫਾਇਦਾ ਹੋਣਾ ਮੈਂ ਤੁਹਾਨੂੰ ਰਿਮ ਵੇਚ ਕੇ ਜਾਨ ਮੈਂ ਮਕਾਨ ਸ਼ੁਰੂ ਕਰ ਲੈਣਾ ਇੰਨਾ ਫਾਇਦਾ ਹੋਣਾ ਮੈਨੂੰ ਛੁਰੀ ਫੜੋ ਮੈਂ ਆਪ ਤਿਆਰ ਕਰ ਲੈਣਾ ਉਹ ਛੁਰੀ ਕਾਦੇ ਲਈ ਫੜੋ ਇੱਥੇ ਮੈਂ ਸੇਵ ਕੱਟਣ ਨੇ ਆ ਚੱਲ ਮੇਰਾ ਭਰਾ ਤਾਰ ਚੱਕ ਨਹੀਂ ਤਾਰ ਉਹ ਤਾਰ ਚੱਲ ਬਸ ਚੱਲ ਸ਼ਾਬਾਸ਼ ਚੱਲ ਨਿਕਲ ਤਾਰ ਚੈੱਕ ਕਰ ਲਈ ਤੂੰ ਜੀ ਭਾਅ ਜਾਨ ਹੁਕਮ ਸਰ ਟਾਇਰ ਚਾਹੀਦਾ ਰਿਮ ਚਾਹੀਦਾ ਕੀ ਚਾਹੀਦਾ ਚਾਹੀਦਾ ਟਾਇਰ ਵੀ ਚਾਹੀਦੇ ਨੇ ਅਤੇ ਇੱਕ ਰਿਮ ਚੇਂਜ ਕਰਾਉਣਾ ਅੱਛਾ ਅੱਛਾ ਚਾਹ ਪੀਓਗੇ ਪਾਣੀ ਦੱਸੋ ਹੁਕਮ ਕਰੋ ਕੋਈ ਚੀਜ਼ ਕਿੱਥੋਂ ਇੱਥੋਂ ਸਰ ਆਰਡਰ ਆਊਗਾ ਮੁੰਡੇ ਨੂੰ ਭੇਜ ਕੇ ਮੰਗਵਾ ਲੈਣ ਅੱਛਾ ਮੁੰਡਾ ਲੈ ਗਿਆ ਸਰ ਕੰਮ ਸ਼ਮ ਤੇ ਉਹ ਜਿਹੜੇ ਹੁੰਦੇ ਰਹਿੰਦੇ ਨੇ ਇਖਲਾਕ ਸਭ ਤੋਂ ਵੱਡੀ ਚੀਜ਼ ਮੈਂ ਵੇਟ ਕਰ ਰਿਹਾ ਓਨਰ ਆ ਜਾਣ ਦੁਕਾਨ ਦੇ ਓਨਰ ਹੈ ਦੁਕਾਨ ਦੇ ਮਾਲਕਾਂ ਦਾ ਵੇਟ ਕਰ ਰਿਹਾ ਪਾਏ ਨੇ ਮਾਲਕ ਜੀ ਕੌਣ ਹੈਂਜੀ ਤੁਸੀਂ ਮਾਲਕ ਹੋ ਵੈਸੇ ਤੇ ਅੱਲਾ ਮਾਲਕ ਹੈ ਲੇਕਿਨ ਫਿਲਹਾਲ ਮੈਂ ਅੱਲਾ ਨੇ ਬਾਅਦ ਛੋਟਾ ਜਿਹਾ ਕਾਰੋਬਾਰ ਨਵਾ ਦਿਆ ਜੀ ਅੱਛਾ 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 ਤੁਸੀਂ ਮਾਲਕ ਹੋ ਜੀ 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 ਤੁਸੀਂ ਦੇਖ ਕੇ ਮੈਨੂੰ ਅੱਜ ਅੱਲਾ ਦੀ ਕੁਦਰਤ ਤੇ ਬੜਾ ਹੀ ਮਾਨ ਨਾਲ ਪਿਆਰ ਆ ਰਿਹਾ ਸਰ ਉਹਦੀ ਰਹਿਮਤ ਕੁਛ ਨਹੀਂ ਜਦੋਂ ਨਵਾਜ਼ਦਾ ਨਾ ਬੇਸ਼ੱਕ ਬੇਸ਼ੱਕ ਉਹ ਨਹੀਂ ਵੇਖਦਾ ਹੈਂਜੀ ਉਹ ਜਦੋਂ ਨਵਾਜ਼ਦਾ ਨਾ ਉਹ ਨਹੀਂ ਵੇਖਦਾ ਹਾਂਜੀ ਜੀ 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 ਬਿਲਕੁਲ ਬੰਦਾ ਕੌਣ ਹੈ ਕੀ ਹੈ ਬੇਸ਼ੱਕ ਬੇਸ਼ੱਕ ਕੀ ਸ਼ਕਲ ਹੈ ਜੀ ਕੀ ਹੋ ਗਿਆ ਕੀ ਰੰਗ ਹੈ ਬਸ ਇਹ ਉਹਦੀਆਂ ਰਹਿਮਤਾਂ ਕਾਸ਼ ਗੱਲ ਮੈਂ ਵੀ ਕਹਿ ਸਕਦਾ ਪਰ ਮੈਂ ਤੁਹਾਨੂੰ ਬਹੁਤ ਕਹਿੰਦਾ ਅੱਛਾ ਗਾ ਛੱਡੋ ਇਸ ਗੱਲ ਨੂੰ ਕੀ ਲੈਣਾ ਕੀ ਤੁਸੀਂ ਸਾਹ ਲੈਣਾ ਨਹੀਂ ਨਹੀਂ ਕੀ ਲੈਣਾ ਸਰ ਮੈਂ ਗੱਡੀ ਲਈਏ ਚਲਾਈਏ ਕਿ 80-90,000 ਕਿਲੋਮੀਟਰ ਅੱਛਾ ਜੀ ਹਾਂ ਚਲਾਈਏ ਜ਼ਿਆਦਾ ਪੱਥਰਾਂ ਪਹਾੜਾਂ 'ਤੇ ਹੈ ਮੇਰਾ ਡਰਾਈਵਰ ਲੈ ਜਾਂਦਾ ਜੇ ਤੁਸੀਂ ਕੋਹ ਪੇਮਾ ਉਹ ਪੱਥਰਾਂ ਪਹਾੜਾਂ 'ਤੇ ਕਰੀ ਡਰਾਈਵਰ ਲੈਂਦਾ ਗੱਡੀ ਤਾਂ ਰੋਡ 'ਤੇ ਚੱਲਦੀ ਨਾ ਪੈ ਨਹੀਂ ਮੈਂ ਆਪ ਸ਼ੌਕੀ ਸ਼ੌਕੀਨ ਦੇ ਆਦਮੀ ਹੈਗਾ ਅੱਛਾ ਅੱਛਾ ਸੈਰ ਤਫਰੀ ਯਾਨੀ ਇਹ ਸ਼ਹਿਰ ਸਿਆਹਤ ਤੁਹਾਡਾ ਸ਼ੌਕ ਹੈ ਟਾਇਰ ਪੁਆਏ ਨਵੇਂ ਆਉਂਦੇ ਆ ਅੱਛਾ ਜੀ ਕਿਸੇ ਨੇ ਕਿਹਾ ਜਪਾਨੀ ਪਾ ਚਾਹੇ ਉਹ ਗੁੱਟੀ ਪਾ ਵੱਡੀ ਗੁੱਟੀ ਪਾ ਟਾਇਰ ਚੱਲੇ ਨਹੀਂ ਗੱਡੀ ਨੇ ਮੈਨੇਜ ਨਹੀਂ ਹੋਏ ਅਸਲ 'ਚ ਨਾ ਪਾਏ ਨੇ ਦੇਖੋ ਅਸੀਂ ਤੁਹਾਨੂੰ ਦੱਸਾਂਗੇ ਨਾ ਤੁਸੀਂ ਕਹਿਣਾ ਪਤਾ ਨਹੀਂ ਕਾਰੋਬਾਰ 'ਚ ਨਾਲ ਨਹੀਂ ਕਹਿ ਰਹੇ ਟਾਇਰ ਦੇ ਵਿੱਚ ਜਿਹੜਾ ਜਪਾਨੀ ਉਹ ਜਪਾਨੀ ਹੈ ਮਤਲਬ ਕੁਆਲਿਟੀ ਦਾ ਫਰਕ ਤਾਂ ਹੁੰਦਾ ਨਾ ਜੀ ਲੋਕਲ ਅਤੇ ਜਪਾਨੀ ਦਾ ਫਰਕ ਤਾਂ ਹੋਏਗਾ ਮੇਰੀ ਅਤੇ ਮੇਰਾ ਤਾਂ ਮਸ਼ਵਰਾ ਹੈ ਕਿ ਤੁਸੀਂ ਜਪਾਨੀ ਟਾਇਰ ਪਵਾ ਲਓ ਮੇਰੇ ਗੱਡੀ ਟਾਇਰ ਜਪਾਨੀ ਅਪਸੈਕਟ ਨਹੀਂ ਕਰਦੀ ਹੈ ਅਪਸੈਕਟ ਨਹੀਂ ਕਰਦੀ ਐਕਸੈਪਟ ਨਹੀਂ ਕਰਦੀ ਅਪਸੈਕਟ ਅਪਸੈਕਟ ਨਹੀਂ ਕਰਦੀ ਅੱਛਾ ਅਪਸੈਕਟ ਨਹੀਂ ਉਹਨੂੰ ਰਾਸ ਨਹੀਂ ਇੱਜ਼ਤ ਟਾਇਰ ਟਾਇਰ ਯਾਨੀ ਕਿ ਅੱਛੇ ਟਾਇਰ ਨਹੀਂ ਰਾਸ ਹਾਂ ਕੀ ਗੱਲ ਬਸ ਉਹਨਾਂ ਦੀ ਗੂੰਜ ਜਦੋਂ ਚੱਲਦੇ ਆ ਆਉਂਦੀ ਹੈ ਤਾਂ ਗੱਡੀ ਦੇ ਵਿੱਚ ਨਾ ਡਿਸਟਰਬ ਨਹੀਂ ਗੱਡੀ ਕਿਸੇ ਪਿੰਡ ਦੀ ਕਿ ਲੋਕਲ ਚੀਜ਼ਾਂ ਪਸੰਦ ਕਰਦੀ ਹੈ ਇੰਪੋਰਟੈਂਟ ਨਹੀਂ ਰਿਮ ਵੀ ਚਾਹੀਦਾ ਹੈ ਰਿਮ ਵੀ ਚਾਹੀਦਾ ਲੋਕਲ ਚਾਹੀਦਾ ਜਾਂ ਜਪਾਨੀ ਚਾਹੀਦਾ ਤੁਹਾਨੂੰ ਨਹੀਂ ਨਹੀਂ ਰਿਮ ਜਪਾਨੀ ਚਾਹੀਦਾ
ਜਪਾਨੀ ਰਿਮ ਪੰਜ ਆਪਣਾ 15 ਦਾ ਉਹ ਸਾਹਮਣੇ ਵੇਖ ਰਹੇ ਹੋ? ਹਾਂਜੀ ਉਹ ਪਿਆ ਦੇਖ ਰਹੇ ਹੋ ਨਾ, ਇਹ 60,000 ਰੁਪਏ ਦਾ ਪਾਇਆ ਨਾ, ਇਹ ਤੁਹਾਨੂੰ ਸੈੱਟ ਮਿਲ ਜਾਏਗਾ। ਮੈਨੂੰ ਇੱਕ ਚਾਹੀਦਾ ਜੀ। ਹੈਂ? ਇੱਕ ਚਾਹੀਦਾ ਇੱਕ ਨਾ ਟਾਇਰ। ਹਾਂਜੀ 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 ਕੜਾ ਕਰ ਗਿਆ ਵਿੱਚ। ਤੂੰ ਪਾਇਆ ਨਾ, ਇੱਕ ਤਾਂ ਹੁੰਦਾ ਹੀ ਨਹੀਂ ਸੇਲੇਬਲ, ਗੱਲ ਹੀ ਸਮਝੇ, ਇੱਕ ਨਹੀਂ ਦੇਈਦਾ, ਇਹ ਪੂਰਾ ਸੈੱਟ ਹੀ ਹੁੰਦਾ। ਇੱਕ ਦੇ ਦਿਓ ਨਾ ਤੁਸੀਂ ਬਕਾਇਆ, ਇੱਕ ਇੱਕ ਕਰਕੇ ਵੇਚ ਲਓ। ਮੈਂ ਦੁਕਾਨ ਛੱਡ ਕੇ ਬਾਹਰ ਮੈਂ ਉੱਥੇ ਸੇਲ ਲਾ ਲਵਾਂ ਪਹਿਲੇ, ਭਾਵੇਂ ਮੈਂ ਇਹ ਇੱਕ ਵੇਚਣਾ ਅਤੇ ਬਾਹਰ ਦੁਕਾਨ 'ਤੇ ਅੱਗੇ ਦੁਬਾਰਾ ਇੱਥੇ ਬਹਿ ਜਾਵਾਂ, ਉਹਦੇ ਬਾਹਰ ਫਟਾ ਲਵਾ ਲਵਾਂ, ਤੁਹਾਡੇ ਚਾਰ ਦਿਨ ਦੀ ਖਾਤਰ ਤੇ। ਭਾਵੇਂ ਨਾ ਚਾਰ ਹੀ ਵੇਚੀ ਜਾਂਦੇ ਨੇ, ਚਾਰ ਹੀ ਹੁੰਦੇ ਨੇ। ਨਹੀਂ ਤੁਸੀਂ ਵੇਚਣੀ ਆ, ਚਾਰ ਲਵੇ ਕੋਈ, 8 ਲਵੇ, 6 ਲਵੇ ਕੋਈ, ਇੱਕ ਇੱਕ ਕਰਕੇ ਲਵੇ, ਤੁਹਾਡੇ ਤਾਂ ਵਿਕਣੇ ਆ ਤੁਸੀਂ। ਭਾਵੇਂ ਨਾ ਚਾਰ ਰਿਮ 60,000 ਰੁਪਏ ਦੇ ਜਿਹੜੇ ਜਪਾਨੀ ਨੇ, ਠੀਕ ਹੈ, ਜਿਹੜੇ ਲੋਕਲ ਨੇ ਪਾਕਿਸਤਾਨੀ ਨੇ, ਉਹ ਤੁਹਾਡੇ ਸਾਹਮਣੇ ਪਿਆ ਗ੍ਰੇ ਕਲਰ 'ਚ, ਇਹ 40,000 ਰੁਪਏ। ਟਾਈਮ ਵੀ ਅੱਛਾ ਕੱਢ ਜਾਂਦਾ, ਮਤਲਬ ਕਿ ਇਹ ਨਹੀਂ ਹੈਗਾ ਕਿ ਹਲਕਾ ਹੈ, ਲੇਕਿਨ ਇਹ ਲੋਕਲ ਹੈ, ਉਹ ਜਪਾਨੀ ਸਿੱਧੀ ਗੱਡੀ ਨੂੰ ਜਪਾਨੀ ਤਾਂ ਠੀਕ ਜਿਹੜੇ। ਹਾਂਜੀ ਲੋਕਲ ਆ, ਪਹਾੜਾਂ 'ਤੇ ਚੜ੍ਹਿਆ ਨਹੀਂ ਤੁਸੀਂ ਇਹਨੂੰ ਲੈ ਕੇ ਪਾਉਂਦੇ, ਸਮਾਨ 'ਤੇ ਚੜ੍ਹ ਜਾਓ, ਤੁਸੀਂ ਲੈ ਕੇ ਜਾਣੇ ਨੇ ਪਾਇਨ ਕੋਈ, ਆਪੇ ਆਪਣੇ ਆਪ ਚਲੇ ਜਾਣਾ ਸਰ। ਮਜ਼ਬੂਤੀ ਮਜ਼ਬੂਤੀ ਹੁੰਦੀ ਸਰ, ਮੈਂ ਤਾਂ ਤੁਹਾਨੂੰ ਪਹਿਲੇ ਅਰਜ਼ ਕੀਤੀ ਕਿ ਜਪਾਨੀ ਜਿਹੜਾ ਨਾ ਜੀ ਉਹ ਬਿਹਤਰ। ਪੈਸੇ ਦੀ ਮੇਰੇ ਕੋਲ ਕਮੀ ਨਹੀਂ ਕੋਈ, ਮੈਂ ਕੰਮ ਕੀਤੇ ਪੱਕੇ। ਅੱਛਾ, ਕੰਮ ਕੀਤਾ ਪੱਕਾ, ਕੰਮ ਭਾਜੀ ਕਰਨਾ ਹੀ ਪੱਕਾ ਚਾਹੀਦਾ, ਕੱਚੇ ਕੰਮ ਦੀ ਕਿਹੜੀ ਕੋਈ ਵੈਲਿਊ ਹੁੰਦੀ? ਮਾੜਾ ਜਿਹਾ ਮੈਨੂੰ ਕਿਤੇ, ਹਾਂ ਮੈਂ ਅੱਜ ਕਦੀ ਧੁੱਪੇ ਨਹੀਂ ਨਿਕਲਿਆ, ਰੰਗ ਵੇਖ ਰਿਹਾ, ਤੁਹਾਡਾ ਰੰਗ ਦੱਸ ਰਿਹਾ ਜੀ, ਕੋਈ ਸ਼ੱਕ ਵਾਲੀ ਗੱਲ ਨਹੀਂ। ਅੱਛਾ ਇਹ ਹੈਗਾ ਕਿ ਇੱਕ ਵਾਰੀ ਪੈਸੇ ਲਾ ਲਓਗੇ ਤਾਂ ਬਿਹਤਰ ਹੈ, ਵਾਰ ਵਾਰ ਲਾਉਣ ਨਾਲ ਮੇਰੇ ਖਿਆਲ ਜਪਾਨੀ ਕਰ ਲਓ। ਟਾਇਰ ਵੀ ਫਿਰ ਦੇ ਦਿਓ, ਟਾਇਰ ਵੀ ਲਾ ਲਓ, ਚਾਰ 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 ਪੂਰੇ ਚੌਕੜ। ਇਹ ਭਾਵੇਂ ਇੱਕ ਟਾਇਰ ਤੁਹਾਨੂੰ ਪਏਗਾ 28,000 ਰੁਪਏ ਦਾ, ਜਿਹੜਾ ਜਪਾਨੀ 15.5 ਜੀ, 15.5 ਦਾ ਸਿਟੀ ਨੂੰ ਜੀ, 15.5 ਨਹੀਂ ਤੁਹਾਡਾ 20 ਦਾ ਕਿ 15 ਦਾ, 15.5 ਦਾ, 15.5 28,000 ਦਾ, ਕਿੰਨੇ ਹੋ ਗਏ ਜੀ ਇਹ ਟੋਟਲ ਪੈਸੇ? ਭਾਵੇਂ ਤੁਸੀਂ ਲੈਣੇ ਕਿਹੜੇ ਨੇ, ਲੋਕਲ ਲੈਣੇ ਨੇ ਜਾਂ ਜਪਾਨੀ ਲੈਣਾ, ਦੱਸੋ। ਮੇਰਾ ਪਤਾ ਕੋਈ ਨਾ, ਕਿਹੜੇ ਵੇਲੇ ਮੈਂ ਪਹਾੜਾਂ 'ਤੇ ਟੁੱਟ ਜਾਊਂ। ਅੱਛਾ ਪਤਾ ਹੀ ਨਹੀਂ ਤੁਹਾਡਾ? ਨਹੀਂ ਪਤਾ ਨਹੀਂ, ਅਚਾਨਕ ਤੁਹਾਨੂੰ ਪਹਾੜ ਬੁਲਾ ਲੈਂਦੇ ਕਿ ਭਾਵੇਂ ਉੱਠਣਾ ਤੇਰਾ ਗੱਲ ਸੁਣਦੇ, ਤੁਹਾਡਾ ਕਾਰੋਬਾਰ ਹੀ ਉੱਥੇ ਪਹਾੜਾਂ 'ਤੇ ਜਾਂ ਵੈਸੇ ਜਾਂਦੇ ਹੋ? ਕਾਰੋਬਾਰ ਨਹੀਂ, ਵੈਸੇ ਮੈਨੂੰ ਸ਼ੌਕ ਹੈ ਪਹਾੜਾਂ 'ਤੇ ਰਹਿਣ ਦਾ, ਐਡਵੈਂਚਰ ਵੇਖਣ ਦਾ। ਅੱਛਾ ਅੱਛਾ, ਲਾਈਫ ਨੂੰ ਰਿਸਕ 'ਚ ਪਾਉਣ ਦਾ। ਅਤੇ ਭਾਵੇਂ ਉੱਥੇ ਫਿਲਮਾਂ ਵੇਖ ਲਿਆ ਕਰੋ, ਕਰ ਲਈ ਇੰਨਾ ਖਰਚਾ ਕਰਕੇ ਜਾਂਦੇ ਹੋ? ਹਾਂ, ਮੈਂ ਵੇਖਣਾ ਚਾਹੁੰਦਾ ਪਾਕਿਸਤਾਨ, ਅੱਲਾਹ ਤਾਲਾ ਨੇ ਜਿਹੜਾ ਸੋਹਣਾ ਬਣਾਇਆ ਜੀ, ਹਾਂ ਜੀ, ਸਾਡੇ ਕੋਲ ਚੀਜ਼, ਬੇਸ਼ੱਕ ਬੇਸ਼ੱਕ, ਮੈਂ ਕੋਈ ਚੀਜ਼ ਮੇਰੇ ਕੋਲ ਬਚੇ ਨਾ। ਮੈਂ ਤਾਂ ਕੇਟੂ 'ਤੇ ਹੀ ਜਾਣ ਦਾ ਸ਼ੌਕ ਰੱਖਿਆ, ਕੇਟੂ 'ਤੇ ਜਾਣਾ ਦੁਨੀਆ ਦੂਸਰੀ ਚੋਟੀ। ਅੱਛਾ ਅੱਛਾ ਅੱਛਾ, ਸਰ ਜਿੱਥੇ ਮਰਜ਼ੀ ਜਾਓ, ਅੱਲਾਹ ਤੁਹਾਨੂੰ ਜ਼ਿੰਦਗੀ ਦੇ, ਜਿੱਥੇ ਮਰਜ਼ੀ ਜਾਓ। ਗੱਡੀ ਨਹੀਂ ਜਾਂਦੀ ਉੱਥੇ, ਤਾਂ ਗੱਡੀ ਲੈ ਕੇ ਜਾਓਗੇ ਤਾਂ ਜਾਏਗੀ ਭਾਅ ਜੀ, ਗੱਡੀ ਗਿੱਜੀ ਗਈ ਤੁਹਾਡੀ, ਤੁਹਾਡੇ ਮਗਰ ਮਗਰ ਆਪ ਆ ਜਾਏਗੀ, ਲੈ ਲਓ। ਚਾਰ ਟਾਇਰ 28,000 ਦੇ ਜੀ ਭਾਅ ਜੀ, 28,000 ਦਾ ਇੱਕ ਟਾਇਰ। ਅੱਛਾ, ਚਾਰ ਟਾਇਰ 28, 28 ਅਤੇ 28 56 112 ਜੀ, 112 ਦੇ ਹੋ ਗਏ ਚਾਰ ਟਾਇਰ, 1,12,000 ਦਾ। ਗੱਡੀ ਤੁਹਾਡੇ ਕੋਲ ਵੱਧ ਕੇ ਘਰ ਵਾਸਤੇ ਇਸਤੇਮਾਲ ਤੁਹਾਡੇ? ਹਾਂਜੀ ਹਾਂਜੀ, ਰੈਂਟ ਸ਼ੈਂਟ ਤਾਂ ਨਹੀਂ ਨਾ? ਨਾ ਨਾ ਨਾ, ਕਿਉਂਕਿ ਰੈਂਟ ਤਾਂ ਗੱਡੀ ਤੁਹਾਨੂੰ ਪਤਾ ਖੱਜਲ ਬਹੁਤ ਹੁੰਦੀ, ਮੈਂ ਟਾਇਰਾਂ ਦਾ ਬੇੜਾ ਗਰਕ ਹੋਏ। ਗੱਡੀ ਘਰ 'ਚ ਰੱਖੀ, ਮੈਂ ਤਾਂ ਗੱਡੀ ਨੂੰ ਹੱਥ ਨਹੀਂ ਲਾਉਂਦਾ ਕਦੀ ਕਿਸੇ। ਕੀ ਗੱਲ, ਦੁੱਖ ਦੀ ਗੱਡੀ? ਨਹੀਂ ਨਹੀਂ, ਮਤਲਬ ਕਦੀ ਕਿਤੇ ਅਚਾਨਕ ਕੋਈ ਉਹ ਛੋਟਾ ਭਰਾ ਐਮਰਜੈਂਸੀ ਹੋ ਜਾਏ, ਨੋਈ ਸਾਈ ਵੱਲੋਂ ਆ ਜਾਂਦਾ, ਜਾਂ ਗੁਲਬਰਗੋਂ ਮੇਰਾ ਸਾਲਾ, ਉਹਨੇ ਕਦੀ ਕਦੀ ਸਾਲ 'ਚੋਂ ਕੋਈ ਦਿਨ 'ਚ ਦੋ ਚਾਰ ਦਫਾ ਉਹ ਕਦੀ ਉਹ ਲੈ ਗਿਆ, ਕਦੀ ਉਹ ਲੈ ਗਿਆ, ਕਦੀ ਉਹ ਲੈ ਗਿਆ, ਅਤੇ 40-50 ਕਿਲੋਮੀਟਰ ਚੱਲਦਾ ਹੈ ਕਿ ਬੰਦਾ 100-150 ਚੱਲਣ ਨਾਲ ਕੁਛ ਨਹੀਂ ਹੁੰਦਾ, ਰਹਿੰਦੀ ਕਾਰ 'ਚ ਗੱਡੀ ਕਰ ਰਹੇ। ਨਹੀਂ ਐਮਰਜੈਂਸੀ ਮਸਲਨ ਕਿ ਤੁਹਾਡਾ ਜਿਹੜਾ ਕਾਰ ਹੈ ਕਿਤੇ ਐਮਰਜੈਂਸੀ ਰਿਹਾਇਸ਼ ਤੁਹਾਡੀ, ਕਿ ਦਿਨ 'ਚ 2-4 ਵਾਰੀ ਉਹ ਲੈ ਗਿਆ, 2-4 ਵਾਰੀ ਉਹ ਲੈ ਗਿਆ? ਨਹੀਂ, ICU ਦੇ ਕੋਲ ਰਿਹਾਇਸ਼, ਇੰਨੀ ਪੈਨ ਕਰੀ ਐਮਰਜੈਂਸੀ ਨਹੀਂ ਪੈਂਦੇ, ਕਹਿੰਦੇ ਗੱਡੀ ਲੈਣ। ਗੱਡੀ ਤੁਸੀਂ ਰੱਖੀ ਕਾਰ ਹੈ, ਲੇਕਿਨ ਜਿਹੜਾ ਇਸਤੇਮਾਲ ਦੱਸਣ ਦੇ ਉਹ ਦਿਹਾੜੀ 'ਚ 8 ਵਾਰੀ ਬੰਦੇ ਲੈ ਜਾਂਦੇ ਨੇ ਗੱਡੀ, ਉਹ ਗੱਡੀਆਂ ਦਾ ਕੀ ਕੱਸਦਾ, ਕੱਸਣ ਨਾਲ ਟਾਇਰਾਂ ਦਾ? ਉਹੀ ਤਾਂ ਤੁਹਾਨੂੰ ਮੈਂ ਕਹਿ ਰਿਹਾ, ਨਹੀਂ ਤੁਸੀਂ ਕਹਿ ਰਹੇ ਸੀ ਨਾ ਗੱਡੀ ਨੂੰ ਹੱਥ ਨਹੀਂ ਲਾਉਂਦਾ, ਮੈਂ ਇੱਕ ਹੱਥ ਰੱਖੀ, ਇੱਕ ਹੱਥ ਰੱਖੀ, ਅੱਛੀ ਗੱਲ, ਅੱਛੀ ਗੱਲ। ਅਤੇ ਦੋਸਤੋ ਕਿਹੜੇ ਜਪਾਨੀ ਕਰਨੇ ਜਾਂ ਲੋਕਲ? ਯਾਰ ਟਾਇਰ, ਪਹਿਲੀ ਤਾਂ ਗੱਲ ਆ, ਮੇਰੀ ਗੱਡੀ ਟਾਇਰ ਚੱਟਦੀ ਬਹੁਤ ਹੈ, ਹੈਂ ਬਹੁਤ ਟਾਇਰ ਚੱਟਦੀ, ਟਾਇਰ ਚੜ੍ਹਦੀ। ਹਾਂਜੀ, ਤੁਹਾਡੀ ਫਿਰ ਗੱਡੀ ਦੇ ਪੇਟ 'ਚ ਕੀੜੇ ਵੀ ਹੋਣਗੇ, ਮਲਾਪ ਹੋਣਗੇ, ਕਿਉਂਕਿ ਮਿੱਟੀ ਖਾਂਦੀ ਨਹੀਂ ਚੱਟ। ਮੈਂ ਕਦੋਂ ਕਿਹਾ, ਮੈਨੂੰ ਤਾਂ ਚੱਟਦੀ ਕਿਹੜੀ, ਮਤਲਬ ਕਿ ਟਾਇਰ ਮਿਸਤਰੀ ਨੇ ਕਿਹਾ ਟਾਇਰ ਖਾਂਦੀ ਚੱਟ ਦੀ, ਇੰਝ ਕਹੋ ਨਾ, ਮੈਂ ਕਿਹਾ ਪਤਾ ਨਹੀਂ ਰਾਇਤਾ ਲਾਇਆ ਟਾਇਰ, ਅਸੀਂ ਤਾਂ ਟਾਇਰ ਉਹ ਕਹਿੰਦੇ ਲੈਂਡਮੈਂਟ ਕਰਾ, ਉਹ ਵੀ ਗਈ ਫਿਰ ਟਾਇਰ ਚੱਟਦੀ ਖਾਂਦੀ ਇਹ ਚੱਟਦੀ ਇਹ, ਉਹਦਾ ਮਤਲਬ ਹੁੰਦਾ ਕਿ ਟਾਇਰ ਛੇਤੀ ਖਤਮ ਹੋ ਜਾਂਦੇ। ਹਾਂ ਹਾਂ, ਟਾਇਰ ਚੱਟਦੀ, ਉਹੀ ਤਾਂ ਮੈਂ ਕਹਿੰਦਾ ਵੀ ਕਿਹੜਾ ਚੂਰਨ ਲਾਇਆ ਟਾਇਰ, ਗੱਡੀ ਪੈਂਚਰ ਨਾ ਹੋਵੇ ਟਾਇਰ ਬਸ, ਹੈਂ ਪੈਂਚਰ ਨਾ ਹੋਵੇ ਉਸ ਤਰ੍ਹਾਂ ਦੇ ਟਾਇਰ ਦੇ, ਭਾਵੇਂ 100 ਉੱਤੇ ਲੈ ਲਓ ਭਾਈ ਜਾਨ, ਤੁਹਾਡਾ ਕਹਿੰਦੇ 100 ਉੱਤੇ ਲੈ ਲਓ।
ਜੀ ਤੁਹਾਡਾ ਕੀ ਨਾਮ? ਬਾਊ ਸਦੀਕ ਮੇਰਾ ਨਾਮ। ਬਾਊ ਸਦੀਕ ਸਾਹਿਬ ਗੱਲ ਇਹ ਆ, ਮਾਫੀ ਨਾਲ, ਜਦੋਂ ਗੱਡੀ ਚੱਲੇਗੀ ਗੱਡੀ ਕੱਸੇਗੀ ਵੀ ਤਾਂ ਗੱਡੀ ਪੈਂਚਰ ਵੀ ਹੋਏਗੀ, ਟਾਇਰ 'ਤੇ ਪੈਂਚਰ ਹੋਣਾ ਹੀ ਹੈ ਨਾ ਜੀ? ਨਹੀਂ ਪੈਂਚਰ ਹੋ ਜਾਵੇ ਖੈਰ ਏ, ਆਹੋ, ਲੇਕਿਨ ਰਾਤ ਨੂੰ 12 ਵਜੇ ਤੋਂ ਬਾਅਦ ਟਾਇਰ ਨਾ ਪੈਂਚਰ ਹੋਵੇ, ਮੈਨੂੰ ਉਹ ਟਾਇਰ ਦਿਓ। ਕਿਹੜਾ? ਜਿਹੜਾ ਰਾਤ ਨੂੰ 12-1 ਵਜੇ ਤੋਂ ਬਾਅਦ ਨਾ ਪੈਂਚਰ ਹੋਵੇ। 10-11 ਵਜੇ ਹੋ ਜਾਵੇ, 9 ਵਜੇ ਹੋ ਜਾਵੇ, ਉਹ ਦੇ ਦਿਓ, ਉਹਦੀ ਖੈਰ। 12 ਵਜੇ ਤੋਂ ਬਾਅਦ ਨਾ ਹੋਵੇ? ਹਾਂ। ਭਾਈ ਨੂੰ ਕਿਹੜੀ ਗੱਲ ਕਰ ਰਹੇ ਤੁਸੀਂ, ਟਾਇਰ ਲੈਣਾ ਹੈ ਜਾਂ ਕੀ? ਸਮਝ ਕੇ ਜਾ ਤੁਸੀਂ, 12 ਵਜੇ ਤੋਂ ਬਾਅਦ ਨਾ ਫਿਰ ਭਾਈ ਨੂੰ ਮੈਂ ਨਾਲ ਬੰਦਾ ਦਿਆਂਗੇ ਵੀ ਪੈਂਚਰ ਨਾ ਹੋਈ, ਹੱਦ ਹੋ ਗਈ ਤੁਹਾਡੇ। ਉਹ ਟਾਇਰ ਦੀ ਕਿਹੜੀ ਗੱਲ, ਤੁਹਾਨੂੰ ਵਰਦੀ ਪੈਂਚਰ ਹੋ ਸਕਦਾ? ਕਿਉਂ ਨਹੀਂ ਹੁੰਦਾ, ਗਰੰਟੀ ਦਿੰਦੇ ਨੇ ਲੋਕ। ਨਹੀਂ ਪਹਿਲੇ ਗੱਡੀ ਦੱਸਦੀ ਹੈ ਟਾਇਰ ਨੂੰ ਕਿ ਹੁਣ ਪੈਂਚਰ ਨਾ ਹੋਈ, ਗੱਲ ਹੈ ਭਲਾ ਕਰਨ ਵਾਲੀ, ਕੋਈ ਬਣਦੀ ਹੈ ਤੁਹਾਡੀ? ਯਾਰ ਮੈਂ ਪਿਛਲੀ ਦੁਕਾਨ 'ਤੇ ਗਿਆ ਬਾਊ ਜੀ, ਗੁੱਸਾ ਕਰ ਰਹੇ ਤੁਸੀਂ, 28,000 ਕਹਿ ਰਹੇ ਹੋ, ਉਹ 27,900 ਕਹਿ ਰਹੇ। ਪੁਆਇੰਟ ਮੈਂ 28,000 ਦਾ ਇੱਕ ਟਾਇਰ ਹੈ ਜਪਾਨੀ, ਜਿਹੜਾ ਰਿਮ ਦਾ 13 ਦਾ ਜਿਹੜਾ ਹੈ ਰਿਪੇਅਰ ਨਾ, ਇਹ ਪਾਕਿਸਤਾਨੀ ਗਾ ਲੋਕਲ ਹੈ, 40,000 ਰੁਪਏ ਦਾ, ਠੀਕ ਹੈ ਜੀ। ਉਹ ਜਿਹੜੇ ਨੇ ਉਹ 60,000 ਰੁਪਏ ਦੇ ਜਪਾਨੀ ਰਿਮ। ਲਓ ਜੀ ਚਾਹੇ ਆ ਗਈ ਸਰ, ਸਰ ਥੈਂਕ ਯੂ, ਥੈਂਕ ਯੂ ਭਾਈ ਜੀ। ਜੀ ਸਰ ਆਰਡਰ, ਰਿਮ ਕਿਹੜੇ ਕਰਨੇ ਜੇ, ਉਹ ਜਪਾਨੀ ਕਰਨੇ ਜਾਂ ਉਹ ਕਰਨੇ ਜੇ ਪਾਕਿਸਤਾਨੀ ਲੋਕਲ? ਨਹੀਂ ਜਪਾਨੀ ਹੈ, ਜਪਾਨੀ ਵੈਸੇ ਮੇਰੇ ਖਿਆਲ 'ਚ ਜਪਾਨੀ ਬਿਹਤਰ ਰਹੇਗਾ। ਮੈਂ ਹਮੇਸ਼ਾ ਪਾਕਿਸਤਾਨੀ ਚੀਜ਼ਾਂ ਇਸਤੇਮਾਲ ਕੀਤੀਆਂ, ਮੈਂ ਪਾਕਿਸਤਾਨ ਦੀਆਂ ਚੀਜ਼ਾਂ ਤੋਂ ਇਲਾਵਾ ਕੋਈ ਚੀਜ਼ ਨਹੀਂ ਇਸਤੇਮਾਲ ਕਰਦਾ, ਆਈ ਲਵ ਪਾਕਿਸਤਾਨ। ਇਹ ਮੁਹਿਬਲ ਵਤਨੀ ਹੈ ਜਾਂ ਹਾਲਾਤ ਮਾੜੇ ਨੇ? ਮੁਹਿਬਲ ਵਤਨੀ, ਮੁਹਿਬਲ ਵਤਨੀ। ਲੇਕਿਨ ਤੁਸੀਂ ਜਪਾਨੀ ਕਰ ਦਿਓ ਹੈ, ਫਿਲਹਾਲ ਜਪਾਨੀ ਕਰ ਦਿਓ। ਅੱਛਾ ਜੀ, ਨਹੀਂ ਠੀਕ ਹੈ, ਜਪਾਨੀ ਕਰਵਾ ਦਿੰਦਾ ਮੈਂ ਤੁਹਾਨੂੰ, 60,000 ਰੁਪਏ ਭਾਅ ਜੀ ਸੈੱਟ। ਆਓ ਭਾਅ ਜੀ ਮੈਂ ਤੁਹਾਨੂੰ ਵਿਜ਼ਿਟ ਕਰਵਾ ਦਿਆਂ, ਹਾਂ ਦੇਖ ਲਓ ਜਿਹੜਾ ਲੈਣਾ ਤੁਸੀਂ ਦੱਸ ਦਿਓ। ਮਾਸ਼ਾਅੱਲਾ, ਇਹ ਦੇਖੋ ਨਾ ਇੱਧਰ ਆ ਪਿਆ, ਦੇਖੋ ਇਹ ਦੇਖੋ, ਇਹ ਭਾਅ ਜੀ ਕਿੱਥੋਂ ਲਿਆਉਂਦੇ ਹੋ ਤੁਸੀਂ ਮਾਲ? ਇਹ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਜਪਾਨੀ, ਇਹ ਰਿਮ, ਇਹਦਾ ਜ਼ਰਾ ਵੇਟ ਦੇਖੋ, ਇਹਦਾ ਬਕਾਇਦਾ ਮਜ਼ਬੂਤ ਹਰ ਚੀਜ਼, ਇਹ ਉਹ ਜਿਹੜਾ ਧਰਮ ਕਿਹਾ ਸੀ ਜੀ। ਜਪਾਨ 'ਚੋਂ ਲਿਆਉਂਦੇ ਤੁਸੀਂ ਫਿਰ? ਇਹ ਲੋਕ ਹੈ ਜਪਾਨ 'ਚੋਂ ਲੈ ਕੇ ਆਉਂਦੇ? ਭਾਅ ਜੀ ਸਾਡਾ ਕੰਪਨੀਆਂ ਦਾ ਕੰਟਰੈਕਟ ਹੁੰਦਾ, ਦੇਖੋ ਨਾ ਇਹ ਵੀ ਮੈਂ ਤੁਹਾਨੂੰ ਦੱਸਣਾ, ਇੱਕ ਕੰਟਰੈਕਟ ਹੁੰਦਾ ਸਾਡਾ ਕੰਪਨੀਆਂ ਦੇ ਨਾਲ, ਉਹ ਤੁਸੀਂ ਮਾਲ ਹੈ ਇਹ ਚਾਈਨਾ 'ਚੋਂ ਲੈ ਕੇ ਆਏ? ਕਿਹੜਾ ਹੈ? ਹਾਂ ਨਹੀਂ ਚਾਈਨਾ ਵਾਲਾ ਤੁਸੀਂ ਭਾਈ, ਤੁਹਾਨੂੰ ਕਿਵੇਂ ਲੱਗਾ ਚਾਈਨਾ? ਫੀਨਾ ਜਿਹਾ ਨਾ ਵੇਖੋ ਨਾ, ਬੰਦੇ ਫੀਨੇ ਫੀਨੇ ਤੇ ਮੈਂ ਤੁਸੀਂ ਕੱਲ੍ਹ ਆ ਜਾਣਾ, ਮੈਂ ਨਾ ਨੱਕ ਉੱਚਾ ਕਰਾ ਲੈਣਾ, ਰਿਮ ਦਾ ਫੀਨੇ ਨਾ ਕਿਤੇ ਲੱਗੇ ਯਾਰ, ਆਸਫ ਇਕਬਾਲ ਆਓ ਫੀਨੇ। ਹਾਂਜੀ ਮੈਂ ਕਿਹਾ ਖਰੇ ਪਲਾਸਟਿਕ ਦਾ ਉਹ ਲੱਗਾ ਇੰਜ ਮੈਨੂੰ, ਹਾਂ ਡੈਕੋਰੇਸ਼ਨ ਭਾਈ ਲੋਟਾ ਹੈ ਪਲਾਸਟਿਕ ਦਾ ਰਿਮ ਹੈ ਜੀ। ਦੱਸੋ ਮੈਂ ਕਿਹੜਾ ਤੁਹਾਨੂੰ ਪਸੰਦ ਹੈਗਾ, ਮੈਂ ਕਰਵਾ ਲਿਆ, ਮੁੰਡੇ ਨੂੰ ਕਹਿ ਕੇ ਮੈਂ ਚੇਂਜ ਕਰਵਾਵਾਂ। ਵਰਾਇਟੀ ਰੱਖਣੀ ਪੈਂਦੀ ਸਰ, ਗਾਹਕ ਦਾ ਕੀ ਪਤਾ ਉਹ ਕਿਹੜੀ ਚੀਜ਼ ਪਸੰਦ ਕਰਦਾ ਕਿਹੜੀ ਨਹੀਂ, ਕੀ ਖਿਆਲ? ਅੱਛਾ ਉਹ ਕੀ ਗੱਲ ਬਣੀ ਆ, ਗਾਹਕ ਦਾ ਮੌਤ ਦਾ ਕੋਈ ਪਤਾ ਨਹੀਂ ਭਾਈ ਨੂੰ, ਮਿਸਾਲ ਹੈਗੀ ਤੁਸੀਂ ਕਿਸੇ ਵੇਲੇ ਵੀ ਆ ਸਕਦਾ। ਹੁਣ ਜਿਵੇਂ ਮੈਂ ਗਾਹਕ ਆਇਆ, ਮੈਂ ਨਾ ਉਹਦਾ ਮੌਤ ਆ ਸਕਦੀ ਸੀ, ਇਹ ਇੰਝ ਹੀ ਮਿਸਾਲ ਹੈ ਨਾ। ਕੋਈ ਨਾ ਗੱਲ ਸੋਚ ਸਮਝ ਕੇ ਕਰੀ ਸੀ, ਕੋ ਟਾਈਮ ਕਬੂਲ ਕਿੱਦਾਂ ਵੀ ਹੁੰਦਾ ਹੈ, ਮਤਲਬ ਕਿ ਗਾਹਕ ਵੈਸੇ ਗੱਲ ਕੀਤੀ। ਹਾਂ ਵੈਸੇ ਗੱਲ, ਹਾਂਜੀ ਉਹ ਜਿਹੜਾ ਜਿਹਨੇ ਕਿਹੜਾ ਭਾਈ ਮੈਨੂੰ ਪਸੰਦ ਆ, ਉਹ ਪਰਲੇ ਹੱਥ ਤੋਂ 6ਵਾਂ ਦੇ, ਉਹ MS ਵਾਲਾ, MS ਵਾਲਾ, MS ਵਾਲਾ, ਹਾਂਜੀ ਹਾਂਜੀ, ਕੀ ਉਹ ਕਰਵਾ ਦੇ? ਇਹ ਕਿਹੜੇ ਮੁਲਕ ਦਾ ਭਾਈ? ਨੂੰ 20 ਦਾ ਹੈਗਾ ਰਿਮ ਜਿਹੜਾ ਨਾ, ਉਹ 15.5 ਦਾ ਨਹੀਂ ਹੈਗਾ, ਕੋਰੀਆ ਦਾ ਵੀ ਰਿਮ ਹੈਗਾ ਆਪਣਾ, ਕੋਰੀਆ ਬਣਾਉਂਦਾ ਰਿਮ, ਤਾਇਵਾਨ, ਭਾਈ ਨੂੰ ਕਾਫੀ ਮੁਲਕ ਬਣਾਉਂਦੇ ਨੇ, ਤੁਸੀਂ ਤੁਹਾਨੂੰ ਚਾਹੀਦਾ ਕਿਹੜਾ ਯਾਰ, ਉਹ ਦੱਸੋ। ਜਪਾਨੀ ਸਭ ਤੋਂ ਅੱਛਾ ਜੀ, ਮੈਂ ਤੁਹਾਨੂੰ ਫਿਰ ਵਾਰ ਵਾਰ ਕਹੀ ਜਾ ਰਿਹਾ, ਇਹ ਪਾਕਿਸਤਾਨੀ ਅਗਰ ਤੁਸੀਂ ਲੈਣਾ ਉਹ ਵੀ ਬਿਹਤਰੀਨ ਹੈ। ਜਪਾਨੀਆਂ 'ਚ ਨਹੀਂ ਗੱਲਾਂ ਬਣੀਆਂ, ਜਪਾਨੀਆਂ 'ਚ ਨਹੀਂ ਉਹ ਪਾਵਰ, ਉਹ ਤਾਕਤ, ਜਿਹੜਾ ਰਹਿਤ ਹੈਗਾ ਦੇ ਦਿਓ, ਰਹਿਤ ਕਰਕੇ ਆਓ, ਰਹਿਤ ਕਰਕੇ ਕੀ? ਰਹਿਤ ਕਰਕੇ ਜਿਹੜਾ 2,000 ਰੁਪਏ ਦਾ ਹੈਗਾ ਦਿਓ, ਤੁਹਾਡਾ ਨਾਮ ਭੁੱਲ ਗਿਆ, ਜ਼ੁਬੈਰ, ਜ਼ੁਬੈਰ, ਤੁਸੀਂ ਦੱਸਿਆ ਨਹੀਂ ਅੱਗੇ ਨਾ, ਉਹ ਅੱਗੇ ਦੱਸਿਆ ਹੋਵੇ ਪੰਜ ਮਿੰਟ, ਨਹੀਂ ਤੁਸੀਂ ਪੁੱਛਿਆ ਨਹੀਂ, ਮੈਂ ਤੁਹਾਨੂੰ ਦੱਸਿਆ ਨਹੀਂ। ਜ਼ੁਬੈਰ ਸਾਹਿਬ, ਹਾਂਜੀ, ਮਾਲ ਤੁਹਾਡਾ ਮਾਸ਼ਾਅੱਲਾ ਸਾਰਾ ਸੋਹਣਾ, ਮਿਹਨਤ ਕੀਤੀ ਸਰ, ਭਾਈਜਾਨ ਮਾੜੀ ਚੀਜ਼ ਰੱਖੀ ਦੀ ਨਹੀਂ, ਪਤਾ ਕੀ ਗਾਹਕ ਤੁਹਾਨੂੰ ਪਤਾ ਫਿਰ ਉਹ ਨਖਰੇ ਕਰਦਾ, ਇਸ ਲਈ ਅਸੀਂ ਏਰੀਆ ਹੀ ਐਸਾ ਮਾੜੀ ਚੀਜ਼ ਰੱਖਾਂਗੇ ਤਾਂ ਸਾਡੀ ਸੇਲ ਹੀ ਨਹੀਂ ਹੋਣੀ। ਸ਼ੁਰੂ ਤੋਂ ਤੁਸੀਂ ਲੱਗਦਾ ਇਸ ਕੰਮ 'ਚ ਭਾਈ ਨੂੰ, ਮਾਸ਼ਾਅੱਲਾ ਕੋ 35 ਸਾਲ ਹੋ ਗਏ ਨੇ ਤਕਰੀਬਨ, 30-35 ਸਾਲ ਤਜਰਬਾ ਜੀ ਦੀ ਜੀ, ਮੇਰੇ ਪਹਿਲੇ ਵਾਲਾ ਸਾਹਿਬ ਕਰਦੇ ਸਨ। ਟਾਇਰਾਂ ਦੇ ਵਿੱਚ ਧਾਗਾ ਹੁੰਦਾ ਜਾਂ ਤਾਰ ਹੁੰਦੀ ਵਿੱਚ, ਅਕਸਰ ਨਹੀਂ ਕਰਦੇ ਟਾਇਰਾਂ 'ਚ ਭਾਈ ਨੂੰ ਕੀਮਾ ਹੁੰਦਾ, ਉਹ ਭਾਈ ਨੂੰ ਕੀ ਹੋ ਗਿਆ ਤੁਹਾਨੂੰ, ਤੁਹਾਨੂੰ ਨਹੀਂ ਪਤਾ ਗੱਡੀ ਰੱਖੀ ਤੁਸੀਂ ਕਦੋਂ ਦੀ, ਤੁਹਾਨੂੰ ਨਹੀਂ ਪਤਾ ਟਾਇਰਾਂ 'ਚ ਕੀ ਹੁੰਦਾ। ਨਹੀਂ ਟਾਇਰ ਇੱਕ ਵਾਰੀ ਘੱਸ ਗਿਆ ਸੀ ਅਤੇ ਮੈਂ ਵੇਖਿਆ ਵਿੱਚ ਤਾਰਾਂ ਨਿਕਲੀਆਂ ਬਰੀਕ ਬਰੀਕ, ਉਹੀ ਹੁੰਦੀਆਂ ਸਾਰੀ 'ਚ ਵਾਇਰ ਹੀ ਚੱਲ ਰਹੀ ਹੁੰਦੀ, ਧਾਗਾ ਤਾਂ ਧਾਗਾ ਜਿਹਾ, ਹਾਂਜੀ ਹਾਂਜੀ ਲੱਗ ਰਿਹਾ ਹੁੰਦਾ ਜਿਵੇਂ, ਲੇਕਿਨ ਉਹ ਵਾਇਰ ਟਾਈਪ ਹੁੰਦੀ ਨਾ, ਅਤੇ ਉਹ ਹਾਂ ਤਾਰ ਵੀ ਤਾਂਬੇ ਦੀ ਨਹੀਂ ਸੀ ਵਿੱਚ, ਪਿੱਤਲ ਜੇ ਨਕਲੀ ਪਿੱਤਲ ਜਿਹਾ ਦੂਜਾ, ਮੈਂ ਹੁਣ ਜੇ ਮੈਂ ਕਹਿੰਦਾ ਟਾਇਰ ਲੈਣੇ ਆ ਤਾਂ ਤਾਰ ਕੱਟ ਕੇ ਦਿਖਾ ਸਕਦੇ ਹੋ ਕਿ ਤਾਂਬੇ ਦੀ ਕਿ ਲੋਹੇ ਦੀ? ਭਾਈ ਨੂੰ ਕੀ ਕਰਨ ਡੇ ਤੁਸੀਂ, ਕਿਹੜੀਆਂ ਗੱਲਾਂ ਕਰਨ ਡੇ?
ਪਹਿਲੇ ਮੈਂ ਫਿਰ ਟਾਇਰ ਲਾਇਆ ਕਰੋ ਤੁਹਾਡੀ ਖਾਤਰ, ਪਹਿਲੇ ਮੈਂ ਉੱਥੇ ਟਾਇਰ ਰੱਖਾਂ, ਫਿਰ ਉਹਨੂੰ ਟਾਇਰ ਨੂੰ ਕੱਟਾਂ, ਫਿਰ ਉਹਦੇ ਵਿੱਚੋਂ ਉਤਾਰ ਕੱਢਾਂ, ਫਿਰ ਤੁਹਾਨੂੰ ਵਹਾਵਾਂ ਜੀ ਆਪਣਾ ਇਹ 9-12 ਦੀ ਇੱਕ ਪਤਾ ਨਹੀਂ ਕਿਹੜੀ ਕਿਹੜੀ ਮੈਂ ਟਾਇਰ ਲੈ ਲਵਾਂ ਤਾਂ ਉਹਦੇ ਵਿੱਚ ਤਾਰ ਪਿੱਤਲ ਦੀ ਨਾ ਹੋਵੇ, ਸਿਲਵਰ ਦੀ ਹੋ ਜਾਵੇ। ਤੁਸੀਂ ਇਸ ਤਰ੍ਹਾਂ ਕਰੋ, ਟਾਇਰ ਮੇਰੇ ਕੋਲ ਲੈ ਜਾਓ, ਉਹ ਤੋਂ ਬਾਅਦ ਕਾਪਰ ਦੀ ਤਾਰ ਲੈ ਜਾਓ। ਉਹ ਯਾਰ ਕਿਹੜੀ ਗੱਲ ਕਰਨ ਦੇ ਤੁਸੀਂ ਯਾਰ, ਚੈੱਕ ਨਹੀਂ ਬੰਦਾ ਕਰ ਸਕਦਾ ਉਹ ਪੈਂਟ ਚੈੱਕ, ਤੁਸੀਂ ਚੈੱਕ ਮੈਂ ਤੁਹਾਨੂੰ ਗਰੰਟੀ ਦੇ ਰਿਹਾ, ਮੈਂ ਤੁਹਾਨੂੰ ਬਿੱਲ ਬਣਾ ਕੇ ਦਿਆਂਗਾ, ਵਾਰੰਟੀ ਕਾਰਡ ਦਿਆਂਗਾ ਨਾਲ ਤੁਹਾਨੂੰ ਬਿੱਲ। ਸੱਚ ਮੈਨੂੰ ਯਾਦ ਆਇਆ ਜੀ ਜੀ, ਆ ਜਿਵੇਂ ਲੋਕ ਕਰਦੇ ਨੀ ਚੀਜ਼ ਕੋਈ ਲਈ ਤਾਂ ਬਿੱਲ ਕਿਸੇ ਹੋਰ ਦਾ ਬਣਾ ਲਿਆ। ਹਾਂਜੀ ਹਾਂਜੀ, ਹੁੰਦਾ ਪੈਟਰੋਲ ਪਾਇਆ 8 ਲੀਟਰ ਤਾਂ ਬਿੱਲ ਬਣਾ ਲਿਆ 24 ਲੀਟਰ। ਇੰਪਲੋਈ ਜਿਹੜੇ ਹੁੰਦੇ ਨੇ ਨਾ ਕੁਛ ਲੋਕ ਵਿੱਚ ਬੇਈਮਾਨ, ਇਸ ਤਰ੍ਹਾਂ ਕਰਦੇ ਜੀ ਪੈਟਰੋਲ ਘੱਟ ਪਵਾ ਲਿਆ, ਬਿੱਲ ਜ਼ਿਆਦਾ ਬਣਾ ਲਿਆ, ਆਪਣੇ ਚੀਜ਼ ਸਸਤੀ ਲੈ ਲਈ ਬਿੱਲ ਮਹਿੰਗਾ ਬਣਵਾ ਲਿਆ। ਰੋਜ਼ ਗੱਲ ਹੀ ਤੇ ਮੈਂ ਤੁਹਾਡੇ ਅੱਗੇ ਅਰਜ਼ ਕਰਨੀ ਸੀ ਕਿ ਜੀ ਜੀ, ਇਹ ਤੁਸੀਂ ਕਿਹਾ ਲੋਕਲ 40,000 ਇਹ ਪੈਣਾ ਜਿਹੜਾ ਪਾਕਿਸਤਾਨੀ ਰਿਮ ਹੈ ਨਾ ਅਜੀ, 40,000 ਰੁਪਏ ਦਾ ਸੈੱਟ, ਅਤੇ ਉਹ ਜਿਹੜਾ ਜਪਾਨੀ ਉਹ 60,000 ਰੁਪਏ ਦਾ। ਤੁਸੀਂ ਇਸ ਤਰ੍ਹਾਂ ਕਰੋ, ਇਹ 40,000 ਦੇ ਚਾਰ ਮੈਨੂੰ ਬਿੱਲ ਬਣਾ ਦਿਓ, ਚਾਰ ਟਾਇਰ 40,000 ਰੁਪਏ ਦਾ ਸੈੱਟ ਹੈ, 40,000 ਦਾ ਸੈੱਟ ਜੀ ਮੈਂ ਤੁਹਾਨੂੰ ਬੈਕ ਕਰਵਾ ਦਿੰਦਾ, ਬਿੱਲ ਬਣਾ ਦਿੰਦਾ ਮੈਂ ਤੁਹਾਨੂੰ 40,000 ਦਾ, ਅਤੇ ਦੇ ਮੈਨੂੰ ਉਹ ਦਿਓ ਹੈ ਜਪਾਨੀ ਕੀ, ਦੇ ਜਪਾਨੀ ਦਿਓ ਬਿੱਲ ਇਹਦਾ ਬਣਾ ਦਿਓ। ਭਾਅ ਜੀ ਤੁਹਾਡਾ ਦਿਮਾਗ ਠੀਕ ਹੈ ਕਿਉਂ, ਉਹ 60,000 ਰੁਪਏ ਦੇ ਨੇ ਚਾਰ, ਇਹ 40 ਦਾ, ਬਿੱਲ 40 ਦਾ ਬਣਾ ਦਿਓ ਤੁਸੀਂ, ਬਿੱਲ ਬਿੱਲ ਦੀ ਖੈਰ ਹੈ, ਅਤੇ ਜਿਹੜਾ ਬਿੱਲ ਬਣਾਵਾਂਗਾ ਤੁਹਾਨੂੰ ਮੈਂ ਰਿਮ ਵੀ ਉਹੀ ਦਿਆਂਗਾ। ਯਾਰ ਮੈਂ ਤੁਹਾਨੂੰ ਦੱਸਿਆ ਤਾਂ ਅਦਲ ਬਦਲ ਹੋ ਜਾਂਦਾ। ਯਾਰ ਭਾਅ ਜੀ ਕਿਹੜੀ ਗੱਲ ਕਰਨ ਦੇ, ਤੁਹਾਡਾ ਕੀ ਜਾਣਾ, ਤੁਸੀਂ ਬਿੱਲ 40,000 ਦੇਣਾ, ਮੈਂ ਉਹ ਲੈ ਜਾਣਾ। ਉਹ ਯਾਰ ਤੂੰ ਪਾਗਲ ਤੀ ਨਹੀਂ, ਤੇਰਾ ਦਿਮਾਗ ਤੇ ਨਹੀਂ ਖਰਾਬ, ਬਿੱਲ 40 ਦਾ ਬਣਵਾ ਰਿਹਾ, ਚੀਜ਼ 60 ਵਾਲੀ ਲੈ ਰਿਹਾ, ਅਤੇ ਉਹ 60 ਵਾਲੀ ਨਾਲ ਮੈਂ ਤੁਹਾਨੂੰ ਬਿੱਲ ਬਣਾ ਦਿੰਦਾ, ਉਹਦਾ ਨੁਕਸਾਨ ਹੋਏਗਾ ਤੁਹਾਨੂੰ, ਹੈ ਨੁਕਸਾਨ ਹੋਏਗਾ ਇਹਦੇ। ਨਹੀਂ ਮੈਨੂੰ ਫਾਇਦਾ ਹੋਣਾ, ਮੈਂ ਤੁਹਾਨੂੰ ਰਿਮ ਵੇਚ ਕੇ ਜਾ ਕੇ ਮੈਂ ਮਕਾਨ ਸ਼ੁਰੂ ਕਰ ਲੈਣਾ, ਇੰਨਾ ਫਾਇਦਾ ਹੋਣਾ ਮੈਨੂੰ। ਭਾਅ ਜੀ 40,000 ਰੁਪਏ ਦਾ ਹੈ, 40 ਸਮਝੇ ਨਹੀਂ ਤੁਸੀਂ। ਉਹ ਯਾਰ ਤੁਸੀਂ ਨਹੀਂ, ਤੂੰ ਕਿਹੜੀ ਗੱਲ ਕਰਨ ਡਿਆ ਯਾਰ ਮੇਰੇ ਨਾਲ, ਤੂੰ ਆਪਸ ਦੀ ਗੱਲ ਹੈ ਬੱਚ, ਤੂੰ ਰਿਮ ਲੈਣਾ ਕਿ ਸਿਰਫ ਜਾਣਾ ਹੈ। ਤੁਸੀਂ ਤਾਂ ਬਿੱਲ ਦੇ ਮੁਤਾਬਕ ਹੀ ਆਪਣਾ ਖਾਤਾ ਖੁਤਾ ਸਾਫ਼ ਕਰਨਾ ਨਾ, ਪੈਸੇ ਨਹੀਂ ਉਹ ਭਾਈ, ਮੈਂ ਮਾਲ ਦੇ ਮੁਤਾਬਕ ਬਿੱਲ ਬਣਾਉਣਾ ਕਿ ਤੇਰੇ ਖਾਤੇ ਦੇ ਮੁਤਾਬਕ ਬਣਾਉਣਾ ਯਾਰ, ਤੂੰ ਪਾਗਲ ਤਾਂ ਨਹੀਂ ਯਾਰ? ਨਹੀਂ ਨਹੀਂ ਪਾਗਲ ਹੈ ਜੀ, ਹਾਂ ਮੈਂ ਪਾਗਲ ਹਾਂ ਫਿਰ, ਤੈਨੂੰ ਵੇਚਣ ਨਹੀਂ ਆ ਰਿਮ। ਯਾਰ ਤੁਸੀਂ ਵੀ ਦੁਕਾਨਦਾਰ ਕਰਦੇ ਹੋ, ਮੈਂ ਬਿੱਲ ਕਹਿ ਰਿਹਾ ਉਹ ਬਣਾ ਲਓ, ਉਹ ਨਹੀਂ ਬਣਾ ਦੇ ਜੇ ਟਾਇਰ ਲੈ। ਯਾਰ ਮੈਂ 40 ਦਾ ਬਿੱਲ, ਤੁਸੀਂ 40 ਦਾ ਮਾਲ ਲੈ ਲਓ, ਮੈਂ ਤੁਹਾਨੂੰ 40 ਦਾ ਬਿੱਲ ਬਣਾ ਦਿੰਦਾ, ਇੰਨੀ ਗੱਲ ਹੈ। ਟਾਇਰ ਦਾ ਤੁਹਾਨੂੰ ਕਿਹਾ ਉਹਦੀ ਤਾਰ ਚੈੱਕ ਕਰਾ ਦਿਓ, ਚੀਜ਼ ਚੈੱਕ ਕਰਕੇ ਲੈਣੀ ਚਾਹੀਦੀ ਨੇ, ਕਹਿੰਦੇ ਤਾਰ ਮੈਂ ਤੁਹਾਨੂੰ ਇੱਥੇ ਚੈੱਕ ਕਰਾ ਦਿੰਦਾ, ਤੁਹਾਡਾ ਮੈਂ ਹੱਥ ਲਵਾਉਣਾ, ਤੁਹਾਨੂੰ ਲੱਗ ਸਮਝ ਆਏਗੀ ਕੈਸੀ ਤਾਰ ਇੱਥੇ ਕਿਹੜੀ ਤਾਰ ਤੁਹਾਡੇ, ਅਤੇ ਟਾਇਰ ਵਾਲੀ ਕਿਹੜੀ ਤਾਰ ਚੈੱਕ ਕਰਨ ਦੇ ਤੁਸੀਂ ਆਪੇ, ਤੁਸੀਂ ਕਿਹਾ ਤਾਰ ਹੁੰਦੀ ਵੀ ਅਸੀਂ ਤਾਂਬੇ ਦੀ। ਉਹ ਭਾਈ ਮੇਰੇ ਆ ਖੁਦਾ ਦਾ ਵਾਸਤਾ ਯਾਰ, ਤੇਰੀ ਮਿਹਰਬਾਨੀ ਹੈ, ਜਿਹੜੀ ਮੈਂ ਗੱਲ ਕਰ ਰਿਹਾ ਉਹ ਸੁਣ ਲੈ, 40,000 ਰੁਪਏ ਦੇ ਰਿਮ ਨੇ, 40 ਦਾ ਮੈਂ ਤੁਹਾਨੂੰ ਬਿੱਲ ਬਣਾ ਦਿੰਦਾ, ਐ ਮੈਂ ਤੁਹਾਨੂੰ ਪੈਕ ਕਰਵਾ ਦਿੰਦਾ, ਬਲਕਿ ਲਵਾ ਦਿੰਦਾ ਮੈਂ ਤੁਹਾਨੂੰ, ਉਹ 60,000 ਰੁਪਏ ਦੇ ਰਿਮ ਨੇ ਉਹ ਲੈਣੇ ਨੇ, ਉਹਦਾ ਬਿੱਲ ਬਣਾ ਦਿੰਦਾ। ਇਹ ਮੈਂ ਇਹ ਕਿਸ ਤਰ੍ਹਾਂ ਹੋ ਸਕਦਾ ਜੀ ਕਿ ਬਿੱਲ ਇਹਦਾ ਬਣਾ ਦਿਆਂ, ਦੇ ਮੈਂ ਤੁਹਾਨੂੰ ਉਹ ਦਿਆਂ, ਬਿੱਲ ਤੇ ਇਹਦੇ ਨਾਲ ਹੀ ਬਣੇਗਾ, ਤੁਹਾਨੂੰ ਸਮਝ ਨਹੀਂ ਆ ਰਹੀ ਗੱਲ ਦੀ? ਚਲੋ ਤੁਸੀਂ ਟਾਇਰਾਂ ਦਾ ਕਰੋ ਇੰਜ, ਟਾਇਰ ਨਾ ਵਿੱਚੋਂ ਉਹ ਵਿੱਚੋਂ ਇਹ ਕਰਕੇ ਸੁਰਾਖ ਕਰਕੇ ਜਾਂ ਕੋਈ ਨਹੀਂ, ਜਿਵੇਂ ਦਵਾਣੇ ਜੋ ਚੱਕੀ ਕੱਢੀ ਦੀ ਉਹ, ਜੋ ਮੈਂ ਤੁਹਾਨੂੰ ਟਾਇਰ ਤੋਂ ਚੱਕੀ ਕੱਢਦੇ ਲਾਲ ਆ ਟਾਇਰ ਕਿ ਨਹੀਂ ਕੱਚਾ ਹੈ, ਨਹੀਂ ਉਹ ਥੋੜ੍ਹਾ ਕੱਟ ਕੇ ਨਾ ਲੋ ਜੇ, ਜਾਂ ਅੱਗ ਲਾ ਕੇ ਉਹ ਚੋਂ ਕੋਈ ਚੀਜ਼ ਕੱਢ ਕੇ ਸੁਰਾਖ ਨਾ, ਉੱਥੇ ਲੈ ਜਾਓ ਦੁਕਾਨ 'ਤੇ, ਉਹ ਮੁੰਡੇ ਨੂੰ ਆਵਾਜ਼ ਦਿਓ ਉਹਨੂੰ, ਕਹੀ ਇਹਦੀ ਤਾਰ ਚੈੱਕ ਕਰਾ ਦਿਓ। ਇਲੈਕਟ੍ਰੀਸ਼ੀਅਨ ਕੋਲ ਲੈ ਜਾਓ ਮੁੰਡਾ, ਇਹ ਜੂਸਰ ਆ, ਇਹ ਟਾਇਰ ਆ, 8,000 ਸ਼ਾਬਾਸ਼ ਤੇਰੀ ਮਿਹਰਬਾਨੀ, ਤੂੰ ਟਾਇਰ ਨਹੀਂ ਲੈਣੇ। ਤੁਸੀਂ ਇੰਝ ਕਰੋ, ਮੈਂ ਉਹਨੂੰ ਇੰਝ ਕਰਨਾ ਹੀ ਨਹੀਂ, ਕੀ ਕਰਨਾ ਇੰਝ, ਮੈਂ ਛੁਰੀ ਫੜੋ, ਮੈਂ ਆਪ ਟਾਇਰ ਕੱਟ ਲੈਂਦਾ। ਉਹ ਛੁਰੀ ਕਾਹਦੇ ਲਈ ਫੜੋ, ਇੱਥੇ ਮੈਂ ਸੇਬ ਕੱਟਣ ਡਿਆ, ਚੱਲ ਮੇਰਾ ਭਰਾ ਤਾਰ ਚੈੱਕ ਕਰਨੀ, ਤਾਰ ਉਹ ਤਾਰ, ਚੱਲ ਬਾਹਰ, ਚੱਲ ਸ਼ਾਬਾਸ਼, ਚੱਲ ਨਿਕਲ, ਤਾਰ ਚੈੱਕ ਕਰਨੀ ਤੂੰ।